Subscribe to our channel, press the bell icon and never miss an update from Latestly. ਜੇ ਇਹ ਰਿਪੋਰਟ ਨਾ ਖੋਲੀ ਪੰਜਾਬ ਸਰਕਾਰ ਨੇ ਤੇ ਨਵਜੋਤ ਸਿੰਘ ਸਿੱਧੂ ਆਪਣੀ ਦੇਹੀ ਦਾ ਦੇ ਉੱਤੇ ਲਾਓ ਮਰਨ ਵਰਤ ਦੇ ਉੱਤੇ ਚਲੋ ਜਾਓ ਕਹਿੰਦਾ ਤੁਹਾਨੂੰ ਕਹਿੰਦਾ ਤੁਹਾਨੂੰ ਜੇ ਰਿਪੋਰਟ ਪੰਜਾਬ ਸਰਕਾਰ ਨੇ ਨਾ ਖੋਲੀ ਮੈਂ ਕਿਹਾ ਇਹ ਪਤਾ ਲੱਗੇ ਮੈਂ ਕਹਿੰਦਾ ਜੇ ਪਤਾ ਲੱਗੇ ਕਿ ਪਿਛਲਾ ਮੁੱਖ ਮੰਤਰੀ ਸਾਢੇ ਚਾਰ ਸਾਲ ਤੇ ਸੁੱਤਾ ਕਿਉਂ ਪਿਆ ਰਿਹਾ ਇਹ ਪਤਾ ਲੱਗੇ ਕਿ ਹੋਮ ਮਿਨਿਸਟਰ ਤੇ ਸੁੱਤਾ ਕਿਉਂ ਪਿਆ ਰਿਹਾ ਇਹ ਪਤਾ ਲੱਗੇ ਹੁਣ ਤਾਂ ਸਰਕਾਰ ਤੁਹਾਡੀ ਆ ਤੁਸੀਂ ਕਹਿ ਕੇ ਆਏ ਸੀ ਇਸੇ ਗੱਲ ਦੇ ਉੱਤੇ ਕਹਿ ਕੇ ਆਏ ਸੀ ਲੱਖਾਂ ਨੌਜਵਾਨ ਬਰਬਾਦ ਹੋ ਗਏ ਲੱਖਾਂ ਸੂਬਾ ਛੱਡ ਕੇ ਚਲੇ ਗਏ ਤੇ ਲੱਖਾਂ ਹੀ ਅੱਜ ਮਾਵਾਂ ਇਸ ਕੁਤਾਹੀ ਦਾ ਰੰਗ ਰੱਖਦੀਆਂ ਨੇ ਉਹ ਚਾਹੁੰਦੀਆਂ ਨੇ ਕਿ ਉਹਨਾਂ ਦੇ ਪੁੱਤ ਜਿਹੜੇ ਸਿਵਿਆਂ ਦੇ ਅੱਜ ਵੀ ਉਹਨਾਂ ਦੇ ਕਾਲਜਾਂ 'ਚ ਵੱਜਦੇ ਆ ਉਹਨਾਂ ਦਾ ਸਿਰਾ ਮਿਲੇ ਉਹਨਾਂ ਦਾ ਸਿਰਾ ਮਿਲੇ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਉਸੇ ਗੁਰੂ ਦੇ ਗੁਰਦੁਆਰੇ 'ਚ ਜਿੱਥੇ ਬੇਅਦਬੀ ਹੋਈ ਸੀ ਅਗਰ ਇਹ ਰਿਪੋਰਟ ਖੋਲੀ ਨਾ ਗਈ ਕਿਉਂਕਿ ਕਾਨੂੰਨ ਕਹਿੰਦਾ ਕਿਉਂਕਿ ਕੋਰਟ ਕਹਿੰਦਾ ਔਰ ਕੋਰਟ ਦੀਆਂ ਹਦਾਇਤਾਂ ਨੇ ਕਿ ਖੋਲੋ ਰਿਪੋਰਟ ਕੌਣ ਰੋਕਦਾ ਤੁਹਾਨੂੰ ਐਕਸ਼ਨ ਲੈਣ ਤੋਂ ਖੋਲੋ ਔਰ ਅੰਦਰ ਦਿਓ ਜਿਹਨਾਂ ਲੋਕਾਂ ਨੇ ਇਹ ਬੇਅਦਬੀਆਂ ਕੀਤੀਆਂ ਤੇ ਫਿਰ ਕਿਉਂ ਨਹੀਂ ਖੁੱਲਦੀ ਰਿਪੋਰਟ ਕਿਉਂ ਨਹੀਂ ਖੁੱਲਦੀ ਰਿਪੋਰਟ ਮੈਂ ਐਲਾਨ ਕਰਦਾ ਕਿ ਜੇ ਹੁਣ ਇਹ ਰਿਪੋਰਟ ਨਾ ਖੁੱਲੀ ਬਾਗੇ ਪੁਰਾਣੇ ਦੀ ਧਰਤੀ ਦੇ ਉੱਤੇ ਮੈਂ ਤੁਹਾਨੂੰ ਕਹਿੰਦਾ ਕਿਉਂਕਿ ਮੈਂ ਪ੍ਰਧਾਨ ਹਾਂ ਮੇਰੇ ਕੋਲ ਆਰਗਨਾਈਜੇਸ਼ਨ ਹੈ ਐਡਮਿਨਿਸਟ੍ਰੇਟਿਵ ਤਾਕਤ ਨਹੀਂ ਲੇਕਿਨ ਫਿਰ ਵੀ ਚੰਦੀ ਕਹਿ ਕੇ ਗਿਆ ਕਿ ਪਾਰਟੀ ਦੀ ਹਦਾਇਤ ਤੇ ਚੱਲਦਾ ਸਾਰਾ ਕੁਛ ਬਾਗੇ ਪੁਰਾਣੇ ਦੀ ਇਸ ਧਰਤੀ ਦੇ ਉੱਤੇ ਨਵਜੋਤ ਸਿੰਘ ਸਿੱਧੂ ਐਲਾਨ ਕਰਦਾ ਔਰ ਆਪਣੀ ਨੇਕ ਮਾਂ ਦਾ ਦੁੱਧ ਪੀ ਕੇ ਐਲਾਨ ਕਰਦਾ ਜੇ ਰਿਪੋਰਟ ਨਾ ਖੁੱਲੀ ਤੇ ਸਿੱਧੂ ਆਪਣੀ ਤੇਰੀ ਗਾਹ ਦੇ ਉੱਤੇ